ਵਾਹਿਗੁਰੂ ਵਾਹਿਗੁਰੂ ਰਜਵਾਹੇ ਕੰਡੇ ਬੈਠਿਆਂ ਜ਼ਹਿਰੀਲੇ ਸੱਪ ਦਾ ਆਉਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਹੋਣੇ ਹਰ ਰੋਜ਼ ਦੀ ਤਰ੍ਹਾਂ ਰਜਵਾਹੇ ਦੇ ਕੰਡੇ ਬੈਠੇ ਆਪ ਜੀ ਪ੍ਰਭੂ ਸਿਮਰਨ ਵਿੱਚ ਲੀਨ ਸਨ ਕਿ ਥੋੜੀ ਦੂਰ ਤੋਂ ਸੁੱਕੇ ਪੱਤਿਆਂ ਦਾ ਖੜਾਕ ਸੁਣਾਈ ਦਿੱਤਾ ਚੰਦ ਦੀ ਚਾਨਣੀ ਸੀ ਕੀ ਦੇਖਿਆ ਕਿ ਇੱਕ ਭੂਰੇ ਪੀਲੇ ਰੰਗ ਦਾ ਕੋਈ 2 ਫੁੱਟ ਲੰਬਾ ਸੱਪ ਜੋ ਅੱਧਾ ਖੜਾ ਹੋ ਕੇ ਤੁਰਦਾ ਸੀ ਥੋੜੀ ਦੂਰ ਤੁਰ ਕੇ 2 2 1/2 ਫੁੱਟ ਛਾਲ ਮਾਰ ਕੇ ਅੱਗੇ ਵੱਧਦਾ ਆਪਜੀ ਵੱਲ ਆ ਰਿਹਾ ਸੀ ਦੇਖਦੇ ਹਾਂ ਦੇਖਦੇ ਹਾਂ ਉਸ ਨੇ ਚਾਰ ਵਾਰ ਛਾਲ ਮਾਰੀ ਆਪਜੀ ਨੇ ਦੱਸਿਆ ਕਿ ਸਾਡੇ ਮਨ ਵਿੱਚ ਸੋਚ ਫੁਰੀ ਕਿ ਸੱਪ ਨੇ ਜੇ ਹੁਣ ਹੁਣ ਛਾਲ ਮਾਰੀ ਤਾਂ ਉਹ ਸਿੱਧੀ ਸਿੱਧੀ ਸਾਡੇ ਉੱਪਰ ਮਾਰੇਗਾ ਉਸ ਵੇਲੇ ਮਨ ਵਿੱਚ ਘਬਰਾਹਟ ਦੀ ਥਾਂ ਵਿਚਾਰ ਆਈ ਇਸ ਸੱਪ ਵਿੱਚ ਵੀ ਤਾਂ ਪਰਮੇਸ਼ਰ ਹੀ ਵਸਦਾ ਹੈ ਨਾ ਸ਼ਾਇਦ ਗੁਰੂ ਮਹਾਰਾਜ ਜੀ ਨੇ ਇਹ ਪਰਖਣ ਵਾਸਤੇ ਹੀ ਇਸ ਨੂੰ ਭੇਜਿਆ ਹੈ ਕਿ ਹਰਨਾਮ ਸਿੰਘ ਨੂੰ ਸਰੀਰ ਨਾਲ ਕਿੰਨਾ ਕੁ ਮੋਹ ਹੈ ਮਨ ਇੱਕਦਮ ਅਡੋਲ ਹੋ ਗਿਆ ਸੱਚਮੁੱਚ ਜਦੋਂ ਉਸ ਸੱਪ ਨੇ ਅਖੀਰਲੀ ਛਾਲ ਮਾਰੀ ਤਾਂ ਨੇੜੇ ਹੀ ਜੋ ਪੈਰਾਂ ਤੋਂ ਜੋੜਾ ਲਾ ਕੇ ਰੱਖਿਆ ਸੀ ਉਸ ਉੱਪਰ ਡਿੱਗਿਆ ਅਤੇ ਜੋੜੇ ਉੱਪਰ ਲੰਮਾ ਪੈ ਗਿਆ ਆਪ ਦੇ ਦੇਖਦੇ ਆਂ ਦੇਖਦੇ ਆਂ ਉਸ ਸੱਪ ਨੇ ਜੋ ਉਸ ਇਲਾਕੇ ਵਿੱਚ ਬਹੁਤ ਜ਼ਹਿਰੀਲਾ ਮੰਨਿਆ ਜਾਂਦਾ ਸੀ ਜ਼ਮੀਨ ਉੱਪਰ ਸਰੀ ਲਾ ਕੇ ਬਾਬਾ ਜੀ ਦੇ ਕਥਨ ਅਨੁਸਾਰ ਉਹਨਾਂ ਦੇ ਚਾਰੇ ਪਾਸੇ ਪ੍ਰਕਰਮਾ ਕਰਨ ਵਾਂਗ ਫੇਰੀ ਦਿੱਤੀ ਤੇ ਜਿਸ ਪਾਸੇ ਬਲੋਂ ਆਇਆ ਸੀ ਉਸੇ ਪਾਸੇ ਛੜੱਪੇ ਮਾਰਦਾ ਤੁਰ ਗਿਆ ਇਹ ਕੌਤਕ ਦੇਖ ਕੇ ਬਾਬਾ ਜੀ ਦਾ ਮਨ ਗੁਰੂ ਸ਼ਕਰਾਨੇ ਵਿੱਚ ਦਰਵ ਗਿਆ ਅਤੇ ਸਤਿਗੁਰੂ ਜੀ ਦੇ ਤਨਵਾਦ ਵਿੱਚ ਰੋ ਗਦਗਦ ਹੋ ਗਿਆ ਕਿ ਧੰਨ ਹਨ ਸਤਿਗੁਰੂ ਜੀ ਜੋ ਅਜਹਿ ਜ਼ਹਿਰੀਲੇ ਜੀਵਾਂ ਦੇ ਮਨ ਵਿੱਚ ਵਸ ਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਹਨ ਮਾਨ ਸਤਗੁਰੂ ਜੀ ਦੇ ਸ਼ੁਕਰਾਨੇ ਵਿੱਚ ਭਿੱਜਾ ਪਿਆ ਸੀ ਤੇ ਅੰਦਰ ਸਿਮਰਨ ਦੀ ਰੌਂ ਆਪਣੇ ਪੂਰੇ ਜੋਬਨ ਵਿੱਚ ਚੱਲ ਰਹੀ ਸੀ ਥੋੜੇ ਚਿਰ ਵਿੱਚ ਹੀ ਇੰਜ ਮਹਿਸੂਸ ਹੋਇਆ ਕਿ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਹੈ ਐਨਾ ਰਸ ਅਤੇ ਸ਼ਾਂਤੀ ਆਤਮਾ ਮਾਨ ਰਹੀ ਸੀ ਜੋ ਦੱਸੀ ਨਹੀਂ ਜਾ ਸਕਦੀ ਆਪ ਜੀ ਇਸੇ ਪ੍ਰਕਾਸ਼ ਵਿੱਚ ਹੀ ਧਿਆਨ ਅਲਿੰਨ ਸਨ ਅਤੇ ਸਿਮਰਨ ਹੋ ਰਿਹਾ ਸੀ ਪ੍ਰਕਾਸ਼ ਹੋਰ ਵਧਿਆ ਤਾਂ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਿਹਰਾਂ ਕੀਤੀਆਂ ਆਪਣੇ ਪ੍ਰਤਕ ਦਰਸ਼ਨ ਬਖਸ਼ਿਸ਼ ਕੀਤੇ ਅਤੇ ਆਪਣਾ ਪਵਿੱਤਰ ਹੱਥ ਬਾਬਾ ਜੀ ਦੇ ਸਿਰ ਉੱਪਰ ਰੱਖਿਆ ਹੁਣ ਇੰਜ ਮਹਿਸੂਸ ਹੁੰਦਾ ਸੀ ਕਿ ਸਤਗੁਰੂ ਜੀ ਅੰਦਰ ਵੀ ਹਨ ਤੇ ਬਾਹਰ ਵੀ ਪ੍ਰਤੱਖ ਰੂਪ ਵਿੱਚ ਦਰਸ਼ਨ ਦੇ ਰਹੇ ਨੇ ਅਤੇ ਮਿਹਰ ਕਰਕੇ ਆਪਣਾ ਹੱਥ ਸਿਰ ਉੱਪਰ ਰੱਖਿਆ ਹੋਇਆ ਹੈ ਬਸ ਫੇਰ ਕੀ ਸੀ ਸਤਗੁਰ ਸੂਰਮੇ ਨੇ ਹੁਣ ਤਾਂ ਰਹਿੰਦੇ ਭਰਮਾਂ ਦੇ ਸ਼ੋਰ ਵੀ ਕੱਟ ਦਿੱਤੇ ਬਸ ਆਨੰਦ ਹੀ ਆਨੰਦ ਖੇੜਾ ਹੀ ਖੇੜਾ ਅਤੇ ਖੁਸ਼ੀ ਦਾ ਕੋਈ ਪਰਵਾਾਰ ਨਹੀਂ ਸੀ ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੀ ਉਨਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਉਸ ਆਨੰਦ ਨੂੰ ਦੱਸਿਆ ਨਹੀਂ ਜਾ ਸਕਦਾ ਕੇਵਲ ਤੇ ਕੇਵਲ ਮਾਣਿਆ ਹੀ ਜਾ ਸਕਦਾ ਹੈ ਅਨੁਭਵ ਹੀ ਕੀਤਾ ਜਾ ਸਕਦਾ ਹੈ ਕਉ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ ਕਬੀਰ ਦੇਖ ਕੇ ਕੀ ਕਹੂੰ ਕਹੇ ਨਾ ਕੋ ਪਤੀ ਆਏ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ ਇਸੇ ਅਨੰਦੀ ਮੌਜ ਵਿੱਚ ਪਤਾ ਨਹੀਂ ਕਦੋਂ ਸਤਿਗੁਰੂ ਜੀ ਦੇ ਦਰਸ਼ਨ ਅਲੋਪ ਹੋ ਗਏ ਪਤਾ ਉਦੋਂ ਲੱਗਾ ਜਦੋਂ ਤੜਕਸਾਰ ਰੇਲ ਗੱਡੀ ਲੰਗੀ ਉਸ ਦੇ ਖੜਾਕ ਨੇ ਸੁਰਤ ਨੂੰ ਬਾਹਰ ਮੁਕੇ ਕੀਤਾ ਪਰ ਠੰਡ ਸਵਾਦ ਰਸ ਅਤੇ ਪ੍ਰਕਾਸ਼ ਉਸੇ ਹੀ ਤਰ੍ਹਾਂ ਰਿਹਾ ਇਸੇ ਅਨੰਦ ਨੂੰ ਹੋਰ ਮਾਣਿਆ ਬੌਧੀ ਤੋਂਪ ਹੋਣ ਤੇ ਤਕਰੀਬਨ 11:00 ਵਜੇ ਵਾਪਸ ਆਪਣੇ ਟਿਕਾਣੇ ਪੁੱਜੇ ਥੋੜਾ ਜਲ ਪਾਣੀ ਸ਼ਕਿਆ ਫਿਰ ਉਸੇ ਜਗ੍ਹਾ ਆ ਕੇ ਆਪਣੇ ਨਿਜ ਅਨਸਾਰ ਪ੍ਰਭੂ ਚਰਨਾ ਵਿੱਚ ਸੁਰਤ ਜੋੜਨ ਦਾ ਯਤਨ ਕੀਤਾ ਰਾਸਤਾ ਸੀ ਸਿਮਰਨ ਵੀ ਚੱਲਦਾ ਸੀ ਪਰ ਜੋ ਸਤਿਗੁਰੂ ਜੀ ਨੇ ਪਿਛਲੇਰੀ ਰਾਤ ਬਖਸ਼ਿਸ਼ਾਂ ਕੀਤੀਆਂ ਉਹਨਾਂ ਵਿੱਚ ਥੋੜਾ ਜਿਹਾ ਫਰਕ ਜ਼ਰੂਰ ਸੀ ਲੇਕਿਨ ਸਤਿਗੁਰੂ ਜੀ ਨਾਲ ਹਾਜ਼ਰ ਨਾਜ਼ਰ ਪਾਸ ਦੇ ਸਨ ਅੰਦਰ ਅਤੇ ਬਾਹਰ ਪ੍ਰਕਾਸ਼ ਪ੍ਰਕਾਸ਼ੀ ਰਾਤ ਦਾ ਸਮਾਂ ਹੋਇਆ ਰਾਤ ਦੇ ਘੁੱਪ ਹਨੇਰੇ ਵਿੱਚ ਹੀ ਵਿੱਚ ਵੀ ਉਹ ਪ੍ਰਕਾਸ਼ ਦਾ ਚਾਨਣ ਸੀ ਜਿਵੇਂ ਕੋਈ ਸੂਰਜਾਂ ਦਾ ਪ੍ਰਕਾਸ਼ ਇਕੱਠਾ ਹੋਇਆ ਹੋਵੇ ਇਸ ਬਾਹਰੀ ਪ੍ਰਕਾਸ਼ ਤੋਂ ਮਨ ਵਿੱਚ ਚਿੰਤਾ ਬਣ ਗਈ ਕਿ ਇਸ ਪ੍ਰਕਾਸ਼ ਨੂੰ ਵੇਖ ਕੇ ਕਿਤੇ ਲੋਕ ਮੇਰੀ ਮਨਾਉਤ ਹੀ ਨਾ ਕਰਨ ਲੱਗ ਪੈਣ ਤੇ ਮਨ ਵਿੱਚ ਮਤਾ ਮਾਣ ਹੀ ਪੈਦਾ ਹੋ ਜਾਵੇ ਜਿਸ ਕਾਰਨ ਕਿਤੇ ਬਾਬਾ ਕਬੀਰ ਜੀ ਦਾ ਕਥਨ ਸਾਕਾਰ ਨਾ ਹੋ ਜਾਵੇ ਕਿ ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ ਸੋ ਇਸ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ हे ਗਰੀਬ ਨਿਵਾਜ ਜੀ ਕਿਰਪਾ ਕਰਕੇ ਇਹ ਜੋ ਬਾਹਰमुखी ਪ੍ਰਕਾਸ਼ ਹੈ ਇਸ ਨੂੰ ਸੰਕੋਚ ਲਵੋ ਅੰਤਰ ਆਤਮੇ ਆਪਣੇ ਚਰਨਾਂ ਨਾਲ ਜੋੜੀ ਰੱਖੋ ਸਤਗੁਰੂ ਜੀ ਨੇ ਕਿਰਪਾ ਕੀਤੀ ਅਰਦਾਸ ਸੁਣ ਉਪਰੰਤ ਬਾਹਰਲਾ ਪ੍ਰਕਾਸ਼ ਸੰਕੋਚ ਕੇ ਅੰਦਰੂਨੀ ਬਖਸ਼ਿਸ਼ਾਂ ਨਿਰੰਤਰ ਜਾਰੀ ਰੱਖੇ